क्वार्टर फाइनल मैच है, एक क्वार्टर है जी, एक क्वार्टर है खड़वाली ते देवधर दा, एक आ चल पे है, एक चैनेवाल सैमी चली गई, एक उधर चली जांदा क्वार्टर। सैमी च फिर रैसर चली गई जी, ओ सॉरी चैनेवाल चली गई, एक इन्हों की जेतू जाऊ, एक कमालपुर ते खनाल स्कूल दी जेतू जाऊ, एक देवधर कलारा चली गई, एक बरे कलारा सैमी च, चैनेवाल सैमी च, एक इन्हों की जेतू जाऊ, एक देवधर ते खड़वाली जेतू जाऊ, दसा सैमी च बरे एक नंबर ग्राउंड करवा रहे हो मैच आगे, बहुत बहुत धन्यवाद है। लैवी मैच बड़ा चोटी का शुरू हो चुका ग्राउंड नंबर दो, दोनों टीम टॉप दीम ने, एक पासे टीम शेरू नहीं आया भाई, आ गई इधरले पासे सेंटर बाबा कौड़ा खेड़ा वड्डी टीम है, आओ सामने कहते बाबा मुंडा कहते चोटी का खिलाड़ी है कि सानू कहते राम नाम लुट लो पंजाब बाबे मौजा लुटते है सानू नाम रवि नहीं है वीरे अंकित नहीं है, चार ही टीम होंगे सैमी भाई कमल, आओ मुंडा सिख जल लीडरी करनी ते गंदिया नू कंगे वेचदा ते खून चूस गई है साडा महंगाई है खूनदान कित्थों करिए, पर दूजे पासे मैं तक रहा भी ਵੱਡੀ ਟੀਮ ਹੈ ਨੰਦਗੜ੍ਹ ਦੀ ਹੈ, ਵੱਡੀ ਪਿੰਡਾਂ ਦਾ ਕਹਿੰਦੇ ਮਸਲਾ ਬਣਿਆ ਹੋਇਆ ਕਹਿੰਦੇ ਆ, ਆਓ ਕਹਿ ਦੋ ਵੱਡਿਆਂ ਬੈਲੀਆਂ ਨੂੰ ਚੋਪਰ ਹਿੱਕ ਤਣ ਗਿਆ ਹੈ ਤੇ ਰੌਲਾ ਤੇ ਹੈ, ਪਹਿਲਾਂ ਸੀ ਹੁਣ ਤੇ ਮਸਲਾ, ਇਹ ਮਸਲਾ ਬਣ ਗਿਆ ਕੌਣ ਜੋੜੂ ਨੰਬਰ ਅੱਜ ਦੇ ਖੇਡ ਟੂਰਨਾਮੈਂਟ ਦਾ, ਕਿਹੜਾ ਅੱਵਲ ਦਰਜੇ ਦਾ ਖਿਡਾਰੀ ਚੁਣਿਆ ਜਾਂਦਾ ਹੈ, ਇੱਥੇ ਵਕਤ ਨੇ ਫੈਸਲੇ ਜਿਹੜੇ ਕਰਦੇ ਨੇ, ਲੈ ਵੀ ਆ ਜਾਓ ਮੇਰਾ ਵੀਰ ਬਣ ਕੇ ਹੁਣ ਦੇ ਖਿਡਵਾਲੀ ਰੋਤਕ ਦੀ ਟੀਮ ਫਿਰ ਗਰਾਊਂਡ ਨੰਬਰ ਇੱਕ 'ਚ ਪਹੁੰਚੇ, ਖਿਡਵਾਲੀ ਰੋਤਕ ਦੀ ਟੀਮ ਦਾ ਮੈਚ ਗਰਾਊਂਡ ਨੰਬਰ ਇੱਕ ਨੇ ਹੋਇਆ ਬਾਈ ਦੇਵਦਰ ਦੀ ਟੀਮ ਦੇ ਸਾਥ, ਇੰਦਰੀ ਨਹੀਂ ਆਈ ਵੀਰੇ ਕੇ ਲੜਕੇ ਗਰਾਊਂਡ ਨੰਬਰ ਇੱਕ ਨੇ ਪਹੁੰਚੇ ਬਾਈ ਜਲਦ ਸੇ ਜਲਦ, कर दो शेर बहुत टॉप का मैच अभरी नंबर दसी मेरा वीर बन के किन्ने किन्ने हो गए ने क्वार्टर फाइनल मैच ने, ਇਹ ਤੋਂ ਬਾਅਦ ਸੈਮੀ ਦੀਆਂ ਟਾਈਆਂ ਕੱਢੀਆਂ ਜਾਣਗੀਆਂ ਜੀ, ਕਿੰਨੇ ਕਿੰਨੇ ਹੋ ਗਏ ਪੁਆਇੰਟ ਵੀਰ ਜੀ, ਬਾਜ਼ੀ ਕਿੰਨੇ ਹੋ ਗਏ ਮਨਪ੍ਰੀਤ
0-2 स्कोर अबरे 2 बाबा गौड़ा 0 सत्ता सनी। ਲਾਦੀ 0 ਤੇ 2 ਦੀ ਟੱਕਰ ਆ ਜੀ ਇਧਰ ਹਾਲੇ ਖਾਤਾ ਨਹੀਂ ਖੁੱਲਿਆ ਆਨੰਦਗੜ੍ਹ ਦੀ ਟੀਮ ਦਾ ਵਿਰਦਰ ਉਧਰ 0 ਇਧਰ 2 ਨੇ ਠੀਕ ਹੈ ਜੀ 0 ਤੇ 2 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਪਹਿਲਾ ਨੰਬਰ ਹੁਣ ਦੇਖਾਂਗੇ ਸ਼ਹਿਬਾਜਪੁਰੀ ਦਾ ਸੱਤਾ ਜੋੜਦਾ ਤੇ ਜਾਂ ਫਿਰ ਮੇਰੇ ਮਿੱਤਰੋ ਵਿੱਕੀ ਜਾਂ ਫਿਰ ਠੁੱਲੀ ਵਾਲ ਪਿੰਡ ਦਾ ਸਣੀ ਹੈ ਕਿਹੜੇ ਖਿਡਾਰੀ ਨੇ ਪਹਿਲਾ ਨੰਬਰ ਜੋੜ ਦੇਣਾ ਆਪਣੀ ਟੀਮ ਦੇ ਲਈ ਹੈ ਵੀ ਰਨ ਜਿੱਤਣ ਨੂੰ ਸੂਰਮਾ ਹਰ ਦਮ ਰਹੇ ਤਿਆਰ ਕਰ ਦੋ ਸ਼ੇਰ ਬੋ ਟੌਪ ਦਾ ਮੈਚ ਆਵਰੇ ਦੋਸਤੋ ਜਿਹੜਾ ਪਹਿਲਾ ਕਰਜੇ ਬਾਹਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਜੇ ਬਾਹਰ ਬੜਾ ਤਗੜਾ ਮੁਕਾਬਲਾ ਹੈ ਆਓ ਸਾਹਮਣੇ ਇਹ ਮੈਚ ਆਵਰੇ ਬਾਬਾ ਲਗਾਣਾ ਕੈਮਰੇ ਸਾਹਮਣੇ ਹਰਿਆਣੇ ਦੀ ਟੀਮ ਨਾਲ ਬਾਬਾ ਕੌੜਾ ਦੂਜੇ ਪਾਸੇ ਟੀਮ ਆਨੰਦਗੜ੍ਹ ਦੀ ਸੱਤਾ ਤੇ ਸਣੀ ਵੀਰੇ ਤੇ ਜਿੱਤ ਹਾਰ ਦਾ ਨਾ ਜ਼ਿਆਦਾ ਰੱਖਦਾ ਖਿਆਲ ਨਸ਼ੇ ਪੱਤੇ ਤੋਂ ਰਹਿਤ ਪਲੇਅਰ ਤਗੜਾ ਅੱਜ ਦਾ ਸੱਤਾ ਨਾਮ ਹੈ ਵਾਲੀਬਾਲ ਦੇ ਫਲੱਟ ਦਾ ਆਹ ਮੁੰਡੇ ਨੂੰ ਦੁਨੀਆ ਵਾਲੀਬਾਲ ਦਾ ਤੂਫਾਨ ਕਰਕੇ ਜਾਣਦੀ ਹੈ ਨਾਲ ਮੈਂ ਤੱਕਣਾ ਵੀ ਜੁੱਡੀ ਦਾ ਯਾਰ ਔਰ ਕਹਿੰਦੇ ਮੇਰੇ ਮਿੱਤਰੋ ਖੁੱਲੀ ਵਾਲ ਪਿੰਡ ਦਾ ਸਨੀ ਖੇਡਦਾ ਹੈ ਟੀਮਾਂ ਤਕੜੀਆਂ ਨੇ ਦੋਨੋਂ ਜਿਹੜੇ ਟੀਮ ਨਹੀਂ ਆਈ ਵੀਰੇ ਮੇਲਾ ਤੇ ਮੇਰੇ ਮਿੱਤਰੋ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਦੇਣਾ ਹੈ ਇਹ ਤੇ ਫੈਸਲੇ ਆ ਜਿਹੜੇ ਟਾਈਮ ਨੇ ਕਰਨੇ ਨੇ ਉਧਰ ਐਨਆਰਈ ਭਰਾ ਸਾਡੇ ਜਿੰਨੇ ਵੀ ਅੱਜ ਦੇ ਸਖੇ ਟੂਰਨਾਮੈਂਟ ਨੂੰ ਤੱਕ ਰਹੇ ਨੇ ਕੱਲੇ ਕੱਲੇ ਵੀਰ ਦਾ ਮੈਂ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਆਓ ਸਾਹਮਣੇ ਚੋਟੀ ਦਾ ਮੈਚ ਆਨੰਦਗੜ੍ਹ ਦਾ ਨੱਤੂ ਫਰਮਨ ਆਓ ਸਾਹਮਣੇ ਮੇਰੇ ਮਿੱਤਰੋ ਖੇਡ ਦੇ ਮੈਦਾਨ 'ਚ ਗਲਤੀ ਕਰ ਗਿਆ ਤੇ ਸਫਲਤਾ ਜਿਹੜੀ ਬਾਬਾ ਲਗਾਣਾ ਦੀ ਟੀਮ ਦੇ ਖਾਤੇ ਵਿੱਚ ਆਓ ਮੇਰੇ ਮਿੱਤਰੋ ਜਾ ਜੁੜ ਗਈ ਹੈ ਵੀ ਰਹਿ ਕੇ ਨਸ਼ਿਆਂ ਤੋਂ ਦੂਰ ਤੇ ਝਾਲਣੀ ਪੈਂਦੀ ਹੈ ਝਾਲਣਾ ਬੜਾ ਔਖਾ ਹੁੰਦਾ ਸਾਰ ਸੁਰਮਾ ਸੰਭਾਲਣਾ ਤੇ ਜਿਹੜੇ ਡਰਦੇ ਹਨੇਰਿਆਂ ਤੋਂ ਘਰ ਮੁੜਾਉਂਦੇ ਬਾਬਾ ਕੌੜਾ ਤਗੜੀ ਬਾਲ ਆ ਗਿਆ ਬਸ ਰਹਿੰਦੇ ਪਛਤਾਉਂਦੇ ਆ ਹੱਥ ਤੱਕ ਵੀ ਨਹੀਂ ਆਉਂਦਾ ਬਸ ਰਹਿੰਦੇ ਪਛਤਾਉਂਦੇ ਨੰਬਰ ਇੱਕ ਹੋਰ ਬਾਬਾ ਲਗਾਣਾ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਰਵੀ ਮੁੰਡੇ ਦੇਵਗੜ ਦੀ ਟੀਮ ਦੇ ਆ ਗਏ ਕਿ ਨਹੀਂ ਜੀ ਦੂਜੀ ਟੀਮ ਦੇ ਮੈਚ 2 ਹੋ ਗਏ ਲਗਾਤਾਰ 5 ਮਿੰਟ ਦਾ ਟਾਈਮ ਉਹਨਾਂ ਨੂੰ ਦਿਓ ਚਾਹ ਪੀ ਜਾਂਦੇ ਮੁੰਡੇ 5 ਮਿੰਟ ਹੀ ਦਿਓ ਹੈਲੋ ਲੈ ਵੀ ਆ ਗਏ ਮੁੰਡੇ ਦੇਵਦਰ ਦੀ ਟੀਮ ਵੀ ਆ ਗਈ ਹੈ ਗਰਾਊਂਡ ਨੰਬਰ 1 ਚ ਕਰਾਓ ਜੀ ਮੈਚ ਸ਼ੁਰੂ ਕਰਾ ਵੀ ਆ ਗਏ ਪਲੇਅਰ ਹਾਂਜੀ ਹਾਂ ਮੈਚ ਸ਼ੁਰੂ ਕਰਵਾਉਣ ਲੱਗਿਆ ਜੀ ਜੋ ਹੁਕਮ ਤਾਲੀ ਵੀਰੇ ਟਾਈਆਂ ਆਪਾਂ ਕੱਢ ਦਈਏ ਜੀ ਸੈਮੀ ਦੀਆਂ ਕਿੰਨੇ ਹੋ ਗਏ ਮਨਪ੍ਰੀਤ ਹੁਣ ਦੱਸੀ ਮੇਰਾ ਵੀਰ 5 ਬਾਬੇ ਵਰਗੇ ਇਹ ਵੀ ਬੜੀ ਮਿਹਨਤ ਕਰਦੇ ਮੁੰਡੇ ਨਾਲ ਗਰਾਊਂਡਾਂ ਦੇ ਵਿੱਚ ਪਰ ਸ਼ਹਿਬਾਜਪੁਰੇ ਵਾਲਿਆ ਹੁਣ ਤੂੰ ਕੀ ਨਹੀਂ ਹੋ ਸਕਦਾ ਇਹਨਾਂ ਬੰਦਿਆਂ ਨੂੰ ਆਓ ਮੇਰੇ ਮਿੱਤਰਾਂ ਜੇ ਜਿੱਤਣਾ ਤੇ ਜੋਰ ਪਾਲਾ ਲਾਉਣਾ ਪਊਗਾ ਵੀ ਜੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਪਈ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਪਈ ਹੈ ਜਦੋਂ ਲੱਗਦੀ ਕੋਈ ਤਕੜੀ ਜੀ ਬਾਲ ਤੇ ਲੋਕੀ ਪਿੰਡ ਨੱਚ ਮਿੱਤਰੋ ਵਾਲੀਬਾਲ ਦਾ ਵੱਧ ਗਿਆ ਕਰੇਜ ਇਹ ਗੱਲ ਸੋਲਾ ਤੇ ਸੱਚ ਮਿੱਤਰੋ ਅੱਜ ਕੱਲ ਵਾਲੀਬਾਲ ਵੀ ਜਿਹੜੀ ਸਿਖਰਾਂ ਤੇ ਆ ਹੁਣ ਸ਼ੁਰੂ ਕਰਵਾ ਦਈਏ ਮੈਚ 1 ਨੰਬਰ ਗਰਾਊਂਡ ਤੇ ਵੀ ਕਲਾਰਾ ਵਾਲੇ ਬਾਈ ਮੇਰਾ ਵੀਰ ਬਣ ਕੇ ਥੋੜਾ ਮੇਰੇ ਖਿੱਚਣ ਮੇਰਾ ਵੀਰ ਇੱਕ ਕੁਆਟਰੀ ਚੱਲੀ ਜਾਂਦੇ ਆ ਤਰਨ ਕੁਆਟਰੀ ਚੱਲੀ ਜਾਂਦੇ ਆ ਵੀਰੇ ਦੋ ਟੀਮਾਂ ਸੈਮੀ 'ਚ ਚਲੀਆਂ ਗਈਆਂ ਆਪਣੇ ਕੋਲੇ ਇੱਕ ਤਾਂ ਚੈਣੇਵਾਲ ਦੀ ਟੀਮ ਚਲੀ ਗਈ ਆ ਸੈਮੀ 'ਚ ਵੀਰੇ ਇੱਕ ਕਲਾਰਾਂ ਸੀ ਚਲੀ ਗਈ ਆ ਸੈਮੀ 'ਚ ਇਹਨਾਂ ਦੀ ਜੇਤੂ ਸੈਮੀ 'ਚ ਜਾਊ ਇੱਕ ਖੜਵਾਲੀ ਅਤੇ ਦੇਵਧਰ ਦਾ ਮੈਚ ਚੱਲਣ ਲੱਗਿਆ ਉੱਧਰ 1 ਨੰਬਰ ਗਰਾਊਂਡ 'ਤੇ ਉਹਦੀ ਜੇਤੂ ਜਾਊਗੀ ਵੀਰੇ ਫਿਰ ਸੈਮੀ ਦੀਆਂ ਟਾਈਆਂ ਪੈਣਗੀਆਂ ਹੈਲੋ ਵੀਰੇ ਪਾਣੀ ਵਾਲਾ ਵੀਰ ਕਿੱਥੇ ਜੀ ਪਾਣੀ ਵਾਲੇ ਵੀਰ ਜੀ ਗਰਾਊਂਡ ਚ ਆ
ਕਲਾਰਾਂ ਵਾਲੇ ਆਪ ਹੀ ਹੈ ਮੁੰਡੇ ਵੀਰੇ, ਕਲਾਰਾਂ ਸੀ ਹੈ। ਹੈਲੋ, ਫਰੇਸ਼ ਹੋ ਗਈ ਟਾਸਕ ਨਹੀਂ, ਇਹਦਾ ਵੀਰ ਬਣ ਕੇ ਟਾਸਕ ਕਰਵਾ ਦਿਓ, ਮੈਂ ਸ਼ੁਰੂ ਕਰਾ ਦੀ ਆਪਾਂ। ਨਾਲ ਹੀ ਜਿਹੜੇ ਵੀਰ ਦੀਆਂ ਪਹਿਲਾਂ ਵੀਰੇ ਪਰਚੀਆਂ ਤੇ ਡਿਊਟੀ ਸੀ, ਉਹ ਮੇਰਾ ਵੀਰ ਕਿਰਪਾ ਕਰਕੇ ਆਵੇ ਸਟੇਜ ਤੇ, ਆਪਾਂ ਟਾਈਆਂ ਕੱਢਾਂਗੇ ਸੈਮੀ ਦੀਆਂ। ਸੈਮੀ ਦੀਆਂ ਟਾਈਆਂ ਆਪਾਂ ਕੱਢ ਦਈਏ ਮੇਰਾ ਬਾਈ। ਆਪਾਂ ਹਰ ਗਈ ਪਹਿਲਾ ਰਾਊਂਡ ਹੀ ਚੈਣੇ ਆ ਲੂਰੇ, ਉਹ ਕਿਰਪਾ ਕਰਕੇ ਆ ਜਾਵੇ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਭਰਾਵਾਂ ਦਾ, ਜਿਨ੍ਹਾਂ ਨੇ ਪਹਿਲੇ ਰਾਊਂਡ ਤੋਂ ਲੈ ਕੇ ਬਹੁਤ ਵੱਡੀ ਜਿਹੜੀ ਸਾਂਭੀ ਰੱਖੀ ਜ਼ਿੰਮੇਵਾਰੀ ਅੱਜ ਦੇ ਇਸ ਖੇਡ ਟੂਰਨਾਮੈਂਟ ਦੀ, ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ। ਲਓ ਟੱਕਰ ਕਹਿੰਦੇ ਸਿਰੇ ਦੀ ਆ, ਮੁੰਡੇ ਮੁੜਕੋ ਮੁੜਕੀ ਹੋਏ ਫਿਰਦੇ ਨੇ ਆ। ਆ ਮੈਚ ਬੜਾ ਟਿਕਾਣੇ ਦਾ ਖੇਡਿਆ ਜਾ ਰਿਹਾ ਹੈ, ਹੌਲੀ ਹੌਲੀ ਕਰਕੇ ਜਿਹੜੀ ਸੁਰੇਸ਼ ਰਾਮਕੋਟ ਖੜਵਾਲੀ 'ਚ ਖੇਡਦਾ ਵੀਰੇ, ਸਮੇਂ ਨੇ ਫੈਸਲੇ ਕਰਨੇ ਵੀ ਕੌਣ ਜਿੱਤੂਗਾ ਤੇ ਕੌਣ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ। ਹਾਂਜੀ, ਆ ਟਾਈਆਂ ਬਿਲਕੁਲ ਪਹਿਲੇ ਰਾਊਂਡ ਤੋਂ ਹੀ ਟਾਈਆਂ ਪਈਆਂ ਤਰਨੇ, ਪਰ ਨੰਦਗੜ੍ਹ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ। ਗੁਰਲਾਲ ਜੈਮਰ ਸਿੰਘ ਵਾਲਾ ਗੱਲ ਕਰੂਗਾ, ਚੱਲ ਦੇਣਾ ਇਸ ਸੌ ਗਿਆ ਉਹ ਤਾਂ ਪੁੱਛੀ ਕਿੱਥੇ ਉਹਨੂੰ। ਸਕੋਰ ਕਿਆ ਹੈ ਬਈ? 6-1 ਸਕੋਰ ਆ ਜੀ, 6 ਬਾਬਾ ਲਦਾਣਾ 1 ਆਨੰਦਗੜ੍ਹ। ਅੰਗਰੇਜ਼ ਵਰਗੇ ਹਰ ਗਏ ਆਨੰਦਗੜ੍ਹ ਦੀ ਟੀਮ ਨੂੰ, 7 ਵਰਗਿਆਂ ਨੂੰ 1-2 ਨੰਬਰਾਂ 'ਤੇ ਹਰ ਗਏ। ਬਹੁਤ ਤਕੜਾ ਲੱਗਿਆ ਤਰਨੇ ਮੈਚ ਅੰਗਰੇਜ਼ ਉਹਨਾਂ ਦਾ, ਬਈ ਧਨੇਠੇ ਖੇਡਿਆ ਜੀ ਅੰਗਰੇਜ਼, 1-2 ਨੰਬਰਾਂ 'ਤੇ ਹਰ ਗਏ 7 ਸਣੀ ਵਰਗਿਆਂ ਨੂੰ ਆਨੰਦਗੜ੍ਹ ਦੀ ਟੀਮ ਨੂੰ। ਚੈਣੇਆਲ ਤੇ ਕਲਾਰਾਂ ਇਹ ਟੀਮਾਂ ਦਾ ਇੱਕ ਖਿਡਾਰੀ ਆ ਜਾਓ ਵੀਰੇ, ਟਾਈਆਂ ਕੱਢਣ ਲੱਗਿਆ ਸੈਮੀ ਦੀਆਂ, ਔਰ ਨਾਲ ਹੀ ਜਿਹੜੀਆਂ ਟੀਮਾਂ ਖੇਡ ਰਹੀਆਂ ਵੀਰੇ ਇਹਨਾਂ ਦਾ ਇੱਕ ਪਲੇਅਰ ਉਹ ਵੀ ਆ ਜਾਵੇ ਜਿਹੜਾ ਕੋਈ ਵੀਰ ਨਾਲ ਐਕਸਟਰਾ ਆਏ ਹੋਏ ਨੇ। ਟਾਈਆਂ ਕੱਢਣ ਲੱਗਿਆ ਵੀਰੇ ਸੈਮੀ ਦੀਆਂ, ਬੁਰਜ ਭਲਾਈ ਹਰ ਗਈ ਵੀਰੇ ਚੈਣੇਆਲ ਨੂੰ ਜੀ। ਉਹ ਬਾਲ ਓਏ ਮੁੰਡਾ ਯਾਰ, ਹੈਲੋ ਬਾਈ ਯਾਰ, ਇੱਕ ਵਾਰੀ ਤਾੜੀ ਦਾ ਮਾਰ ਦੋ ਨੰਦਗੜ੍ਹ ਦੀ ਟੀਮ ਯਾਰ, ਕਿੱਡੀਆਂ ਤਕੜੀਆਂ ਬਾਲਾਂ ਮੁੰਡਿਆਂ ਨੇ ਮੋੜ ਦਿੱਤੀਆਂ ਨੇ। ਨੰਦਗੜ੍ਹ ਦਾ ਜੱਸਾਂ ਦੇ ਧੱਤੂ ਬੜੇ ਪੁਰਾਣੇ ਦੇ ਬੜੇ ਸੁਣਦੇ ਹੋਏ ਖਿਡਾਰੀ ਨੇ, ਤੇ ਬਾਬਾ ਵੀ ਅੱਜ ਦੇ ਬਾਲ ਦੇ ਉੱਤੇ ਪਹਿਲਾਂ ਤੁਰਿਆ ਆਉਂਦਾ ਜੇਬਰ। ਆ ਹੈ ਬਾਬਾ ਕੌੜਾ, ਇਹ ਵੀ ਕਹਿੰਦੇ 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 ਡਿਫੈਂਸਰਾਂ ਤੇ ਬਾਲਾਂ ਲਾਉਣ ਦਾ ਜਿਗਰ ਰੱਖਦਾ, ਗਲਤੀ ਹੋ ਗਈ ਤੇ ਨੰਬਰ ਫਿਰ ਬਾਬਾ ਲਦਾਣਾ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ। ਗੁਰਲਾਲ ਜੈਮਰ ਸਿੰਘ ਵਾਲਾ ਜਿੱਥੇ ਵੀ ਬਾਤ ਸੁਣਦਾ ਇੱਕ ਵਾਰੀ ਕਿਰਪਾ ਕਰਕੇ ਸੰਪਰਕ ਕਰ ਲਓ, ਦੇ ਸਟੇਜ ਤੇ ਆ ਗਏ ਗੁਰਲਾਲ ਜੈਮਰ ਸਿੰਘ ਵਾਲਾ। ਹੈਲੋ, ਨਾਲ ਹੀ ਵੀਰੇ ਕਿਸੇ ਭਰਾ ਦੀ ਪੈਨ ਡਰਾਈਵ ਡਿੱਗੀ ਹੈ ਜੀ, ਜਿਹੜੇ ਵੀਰ ਦੀ ਪੈਨ ਡਰਾਈਵ ਡਿੱਗੀ ਹੋਵੇ ਤੇ ਉਹ ਮੇਰਾ ਵੀਰ ਬਣ ਕੇ ਆ ਕੇ ਦੱਸ ਕੇ ਲੈ ਜਾਓ ਜੀ। ਸਟੇਜ ਤੋਂ ਲੈ ਜਾ।
हेलो भाई जी, जेतू टीम का एक खिलाड़ी आओ जी, चैने बाल की टीम, कलारा वाले मुंडे हो, कलारा वाले वीर आना, एक जना आ जाओ मेरा भी देख लो टाइम मेरा भी चैने वाली है मुंडे कितने जी चैने वाली है बाबे होनी चैने वाली टीम का कोई भी खिलाड़ी भी आ जाओ जेतू टीम का एक एक प्लेयर जिन्ना टाइम नहीं आता प्रबंधक वीर कहते टाइम नहीं कटा जी चैनेवाल की टीम में जो मर्जी एक प्लेयर आ जाओ मेरा वीर आप टाइम कट दिए चैनेवाल हेलो सैमी दिया टाइम वीर चैन वाली सुखदीप ने पर्चिया चुकिया ने जेतू एक नंबर ग्राउंड जी जेतू एक नंबर ग्राउंड से चैनेवाल जी जी ग्राउंड नंबर एक तो जितेगी वह मैच है वीरे चैनेवाल की टीम के नाल कलारा का मैच है वीरे जी ग्राउंड नंबर दो तो जितेगी ये जी कलारा का मैच दो नंबर ग्राउंड की जेतू टीम जी जित गई कलारा ना खेडू जी खड़वाली देवधर चो जेतू पकड़ के तैयार रहने जी उन्हें खेडना है चैनेवाल ना वीरे ये मैच के स्कोर मेरे हिसाब दो नौ आ बी बाकी पता करते हैं जो बाबे कौड़े की लीड आ जी छोटू माजरा नहीं आया उरे गला दौलतपुर नहीं आया उरे हेलो ਮਨਪ੍ਰੀਤ ਕਿੰਨੇ ਪੁਆਇੰਟ ਵੀਰੇ ਦਸ ਇੱਕ
ਅਪਰਮੀਤ ਕੇ ਕਰਦੇ ਨੇ ਸਾਰੀ ਦਿਹਾੜੀ ਨਹੀਂ ਬੜਾ ਗਰਾਹ ਪੇ ਨੇ ਫੋਟੋ ਦਾ ਲਾ ਕੇ ਹੋ ਗਿਆ ਲਾ ਲਾ ਕੇ ਤੂੰ ਆਏ ਕਰਾ ਦਾ ਵੀ ਆਉਂ ਤਾਂ ਨਹੀਂ ਰਹੀ ਜਿਵੇਂ ਲਾਸਟ ਨਹੀਂ ਆਂਦੀ ਨਹੀਂ ਮਰੀ ਇਹ ਗੱਲਾਂ ਚੱਲ ਰਹੀ ਕਿ ਤੂੰ ਸਰ ਚੱਲ ਰਹੀ बाल वे बाबा यार बहुत तगड़िया बाला मारी जाता बाबा कौड़ा पैटा पूरा ज 11 हो गए मेरे हिसाब उधर 11-1 जस्सा सैमी जावरे जस्से का मैच खड़वाली ते उधर मैच चली जाता देव उधर दोनों ही जेतू ना खेडू जस्सा रहे सर बई चैने वाली टीम ਨਿੱਕਾ ਕਨੋਈ ਵੀਰੇ ਇੰਨਾ ਹੀ ਜੇਤੂ ਸੈਮੀ ਖੇਡੂ ਕਲਾਰਾਂ ਸੀ ਨਾਲ ਜਿਹੜੀ ਦੇਵਧਰ ਤੇ ਖੜਵਾਲੀ ਹਰਿਆਣੇ ਚੋਂ ਜੇਤੂ ਉਹਨੇ ਖੇਡਣਾ ਚੈਣੇ ਵਾਲ ਨਾਲ ਬਈ ਸੈਮੀ ਫਾਈਨਲ ਹਰਜੇਸ ਨਹੀਂ ਆਇਆ ਵੀਰੇ ਹੈ ਬਾਈ ਨੈਟ ਮਿਲ ਜੂਗਾ ਨੈਟ ਆ ਮੈਂ ਇੱਕ ਹੀ ਲਿਆ ਸੀ ਉਹਨੂੰ ਦੇਤਾ ਜੱਸੇ ਨੂੰ ਬਾਈ ਲੈ ਲਿਆ ਉਹਨੇ ਪਹਿਲਾਂ ਹੀ ਰੱਖ ਲਿਆ ਬਾਈ ਪਹਿਲਾਂ ਵਾਹਨ ਨੇ ਚੱਕ ਲਿਆ ਹੋਰ ਨੂੰ ਬਾਅਦ ਦੇਤਾ ਨਾ ਉਹਨੂੰ ਮੈਂ ਪਹਿਲਾਂ ਹਾਂ ਨਾ ਨਾ ਇਹਨੂੰ ਪੁੱਛ ਲਿਓ ਮਰੀਜ਼ ਕੋਲੇ ਕਈ ਵਾਰ ਹੁੰਦਾ ਹਾਂ ਹਾਂ ਬਾਲਾਂ ਵੀ ਉਹਦੇ ਕੋਲ ਹੁੰਦੀਆਂ ਸਿਲੰਡਰ
पानी मंगायो भाई ग्राउंड च पानी। हेलो प्रधान पानी वाला वीर ग्राउंड दे विच पानी पहुंचना कर दे। पानी वाले वीर को मेरी बेनती है ग्राउंड दे विच पानी जिहड़ा जरूर पहुंचना कर दे। ओए लगी नहीं हसे रे बा ਵਰਿੰਦਰ ਜੀ ਕੀ ਸਕੋਰ ਹੈ ਜੀ ਕਿੰਨੇ ਹੋ ਗਏ ਪੁਆਇੰਟ ਬਾਈ 5-11 ਸਕੋਰ ਹੋ ਗਏ ਵੀਰੇ 5 ਆਨੰਦਗੜ੍ਹ ਸੱਤੇ ਦੇ ਸਣੀ ਦੇ 11 ਬਾਬਾ ਕੌੜਾ ਬਾਬੇ ਲਦਾਣੇ ਜੀ Thank you.
ਵਧੀਆ ਵਧੀਆ ਜੀ ਸਿਮ ਆਸਟ੍ਰੇਲੀਆ ਕੀ ਵਾਲਾ ਸਿਮ ਹੈ ਬਾਈ देवधर के नौ है इधर दो पॉइंट है जी देवधर की टीम के नौ पॉइंट है जी खड़वाली की टीम के दो पॉइंट ने बहुत वधिया मुकाबले खेले जा रहे हैं और इधरले पासे बाबे होनी भी है कम नेड़े तेरे लाई तुरे आते हैं लै भी शहबाजपुरे वाले लोगों को दसना पैना भी वालीबाल के तूफान किसी गल करके मिलिया भी कोई ना कोई तो खूबी होगी जरूर ਐਵੇਂ ਧਨੀ ਲੋਕੀ ਸਾਨੂੰ ਆਊਟ ਕਰਦੇ ਉਹ ਬਾਲ ਓਏ ਬਾਬਾ ਯਾਰ ਬਹੁਤ ਤਕੜੀ ਬਾਲ ਬਾਬੇ ਕੌੜੇ ਦੇ ਆਊਟ ਬਾਬੇ ਨੇ ਕਮਾਲ ਦਾ ਨੰਬਰ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਆ ਵੀ ਦੱਸ ਮਨਪ੍ਰੀਤ ਜੇ ਦਿਲ ਕਰਦਾ ਨੰਬਰ ਦੱਸਣ ਨੂੰ ਤੇ ਕਿੰਨੇ ਕਿੰਨੇ ਹੋ ਗਏ ਸੋਹਣੇ ਵੀਰ ਕਿੰਨੇ ਕਿੰਨੇ ਪੁਆਇੰਟ ਆ 13-5 ਤੇ 5 ਆ ਵੱਡਾ ਫਰਕ ਪੈ ਚੁੱਕਿਆ ਖੇਡ ਦੇ ਮੈਦਾਨ 'ਚ 13 ਨੰਬਰ ਦੇ ਜਿਹੜੇ ਬਾਬਾ ਲਦਾਣਾ ਦੀ ਟੀਮ ਦੇ ਤੇ 5 ਨੰਬਰ ਜਿਹੜੇ ਨੰਦਗੜ੍ਹ ਦੀ ਟੀਮ ਦੇ ਆ ਆਊਟ ਕਰਦੇ ਵੱਡੇ ਵੱਡੇ ਮੱਲ ਖੇਡ ਦੇ ਮੈਦਾਨ 'ਚ ਖੇਡ ਰਹੇ ਨੇ ਪਰ 13 ਤੋਂ ਹੁਣ 14 ਕਰਨ ਦੇ ਲਈ ਆ ਬਾਬਾ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਬਰ ਤਿਆਰ ਹੈ ਬਾਬਾ ਜਿੱਥੇ ਖਿਡਾਰੀ ਬੜਾ ਵਧੀਆ ਹੈ ਤੇ ਬੜੇ ਨਰਮ ਸੁਭਾਅ ਦਾ ਮਾਲਕ ਹੈ ਪਰ ਅੱਜ ਦੇ ਉਹ ਸਾਹਮਣੇ ਮੈਨੂੰ ਲੱਗਦਾ ਵੀ ਸਾਰੇ ਪੀਰ ਪਗੰਬਰ ਇਕੱਠੀ ਧਿਆਇਆ ਚੁੱਬਰ ਨੰਬਰ ਲਗਾਤਾਰ ਜੋੜੀ ਤੁਰਿਆ ਆਉਂਦਾ ਹੈ 14 ਤੇ 5 ਦਾ ਮੁਕਾਬਲਾ ਬਾਬਾ ਅਗਲੀ ਸਰਵਿਸ ਕਰਨ ਦੇ ਲਈ ਫਿਰ ਤਿਆਰ ਬਰ ਤਿਆਰ ਹੈ ਆਦੀ ਸ਼ਹਿਬਾਜਪੁਰੇ ਵਾਲਿਆ ਹੁਣ ਮੈਨੂੰ ਪਾਣੀ ਸਿਰ ਤੋਂ ਲੱਗਦਾ ਲੱਗਦਾ ਸੋਹਣਿਆਂ ਵੀਰਾ ਹੁਣ ਕੁਝ ਨਾ ਕੁਝ ਵੱਖਰਾ ਜਿਹੜਾ ਕਰਕੇ ਦਿਖਾਉਣਾ ਪਊਗਾ ਵੀ ਸੂਰਜ ਤਾਂ ਰਹਿੰਦੇ ਯਾਰੋ ਰੋਜ਼ ਢਲਦੇ ਆ ਪਰ ਸੂਰਮੇ ਜੋ ਆਪਣੀ ਹੀ ਚਾਲ ਚੱਲਦੇ ਆ ਕੁਝ ਵੱਖਰਾ ਕਰਾਂਗੇ ਇਸ ਜੱਗ ਤੋਂ ਉਹ ਬਾਕੀ ਯੋਧਿਆਂ ਦੀ ਵੱਖਰੀ ਜਮਾਤ ਹੁੰਦੀ ਹੈ ਤੇ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਵਿੱਚ ਕੋਈ ਗੱਲ ਬਾਤ ਹੁੰਦੀ ਹੈ ਪਰ ਸਾਹਮਣੇ ਖੇਡ ਦੇ ਮੈਦਾਨ 'ਚ ਬਾਬਾ ਮੇਰੇ ਮਿੱਤਰੋ ਉਹ ਸਾਹਮਣੇ ਗਲਤੀ ਕਰ ਗਿਆ ਹੈ 5-6 ਕਰਨ ਦੇ ਲਈ ਸ਼ਹਿਬਾਜਪੁਰੀਆ ਉਹ ਕਦੇ ਤਿਆਰ ਬਰ ਤਿਆਰ ਮੁੰਡਾ ਉੱਪਰਾਂ ਦਾ ਖੇਡ ਦੇ ਮੈਦਾਨ ਦੇ ਵਿੱਚ ਵੀ ਸੋਮਨਾਥ ਦਾ ਮੰਦਰ ਜੇ ਕਿਤੇ ਗਜਨੀ ਲੁੱਟਦਾ ਨਾ ਉਹ ਲਾਰਕਿਆਂ ਦੀ ਸ਼ਹਿਰ ਦੇ ਲਾਟ ਜੇ ਹੀਰਾ ਗੁੱਟਦਾ ਨਾ ਉਹ ਲਾਹੌਰ ਤੇ ਅੱਖਾਂ ਹੁੰਦੀਆਂ ਨਾ ਦੇ ਆਂਢ ਗਵਾਂਢ ਦੀਆਂ ਤੇ ਸਾਡੇ ਕੋਰੇ ਪਾਉਂਦੇ ਪੱਠੇ ਤੇ ਮੀਮਾ ਭਾਂਡੇ ਮਾਂਜਦੀਆਂ ਨਾ ਬੁਰੀਆਂ ਸਰਕਾਰਾਂ ਵੀ ਸਾਡੇ ਰਾਜ ਨੂੰ ਸਾਂਭਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਤੇ ਮੀਮਾ ਭਾਂਡੇ ਮਾਂਜਦੀਆਂ ਇਹ ਮੁੰਡਾ ਕਦੇ ਉੱਪਲਾ ਦਾ ਖੇਡ ਦੇ ਮੈਦਾਨ 'ਤੇ ਜਿਹਨੇ ਹੁਣ ਸਰਵਿਸ ਕਰ ਦਿੱਤੀ ਹੈ ਪਰ ਬਾਬਾ ਬਾਲਾ ਫੇਟਾ ਹੈ ਮੈਂ ਵੀ ਬਾਈ ਯਾਰ ਜਿਨ੍ਹਾਂ ਨੂੰ ਬਾਬੇ ਦੀ ਖੇਡ 'ਚ ਦਮ ਲੱਗਿਆ ਜ਼ੋਰਦਾਰ
ਤਕੜੀਆਂ ਬਾਲਾਂ ਮਾਰੀ ਹੁੰਦਾ ਮੁੰਡਾ ਆਪਣੀ ਟੀਮ ਦੇ ਲਈ 14 ਤੇ 5 ਦੀ ਟੱਕਰ ਹੈ ਗੁਰਲਾਲ ਕਾਰਗਰ ਸੁਣਿਆ ਵੀਰਾ 14 ਤੋਂ 15 ਹੋਣਗੇ ਇੱਕ ਸਰ ਤੋਂ ਚੇਂਜ ਗੱਲ ਸਾਰੀ ਮੌਕੇ ਦੀ ਹੈ ਲਓ ਸਾਹਮਣੇ ਇਹਦੇ 14 ਤੇ ਨਾਲ ਮੈਂ ਵੇਖਦਾ ਵੀ ਨੰਬਰ ਜਿਹੜੇ 5 ਹੀ ਜੁੜੇ ਆ ਵੀਰੋ ਖੇਡ ਗਰਾਊਂਡ ਦੇ ਵਿੱਚ ਆਹ ਲੋਕਾਂ ਦੇ ਅੰਦਾਜ਼ੇ ਮੈਨੂੰ ਲੱਗਦਾ ਵੀ ਕਿਤੇ ਉਹੀ ਨਾ ਬਣ ਜਾਣ ਲਓ ਸਾਹਮਣੇ ਗਰਾਊਂਡ ਦੇ ਅੰਦਰ ਮੈਚ ਬੜਾ ਚੋਟੀ ਦਾ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਬਾਬਾ ਲੁਧਿਆਣਾ ਜ਼ਿਲ੍ਹਾ ਕੈਂਥਲ ਦੇ ਉਹ ਖਿਡਾਰੀ ਖੇਡਦੇ ਆ ਸੰਗਤਪੁਰੇ ਦਾ ਇਲਾਕਾ ਇਹਨਾਂ ਨੌਜਵਾਨ ਖਿਡਾਰੀਆਂ ਦਾ ਬੜੀ ਵਧੀਆ ਟੀਮ ਹੈ ਬਾਬਾ ਕੌੜਾ ਖੇਡਦਾ ਹੈ ਇੱਕ ਵਧੀਆ ਖਿਡਾਰੀ ਇਨਸਾਨ ਬਹੁਤ ਚੰਗਾ ਪਰ ਸਹਿਬਾਜਪੁਰੀ ਇੱਕ ਪੱਟਾ ਮਾਲਾ ਖੇਡ ਵਾਲੀਬਾਲ ਦਾ ਉਹ ਸਾਹਮਣੇ ਗੁਰਪ੍ਰੀਤ ਧੱਕੂ ਅਗਲੀ ਸਰਵਿਸ ਕਰਨ ਦੇ ਲਈ ਚੋਬਰ ਤਿਆਰ ਪਰ ਤਿਆਰ ਹੈ ਵੀ ਦੇਣ ਵਾਲਾ ਦਾਤਾ ਐਵੇਂ ਕਿਸੇ ਤੋਂ ਨਹੀਂ ਸੜੀਦਾ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਸਦਾ ਕਰੀਦਾ ਤੇ ਸੁਖੀ ਲੋਪੋ ਹੋ ਬੰਦਾ ਵਾਧਾ ਨਹੀਂ ਅੱਗੇ ਉਹ ਪਿੱਛੋ ਵਿੱਚ ਹੀ ਬੈਠਾ ਜਿਹੜਾ ਘੋਲੀ ਜਾਵੇ ਚਿਹਰ ਤੇ ਛੱਡੀਏ ਨਾ ਦਿਲ ਮਿਲ ਜਾਂਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਤੇ ਫਿਰ ਛੱਡੀਏ ਨੀ ਪੈਰ ਛੱਡੀਏ ਨਾ ਦਿਲ ਇਹ ਲਾਸਟ ਕੁਆਟਰ ਮੇਰੇ ਕੁਆਟਰ ਆ ਜੇ ਜੇ ਮਿਲ ਜੇ ਤਰੱਕੀ ਤੇ ਫਿਰ ਛੱਡੀਏ ਨੀ ਪੈਰ ਪਰ ਆ ਮੁੰਡਾ ਕਹਿੰਦੇ ਮੇਰੇ ਮਿੱਤਰੋ ਔਰ ਦੁਨੀਆ ਦਾ ਮਹਾਨ ਹੈ ਨੰਦਗੜੀਆ ਨੰਦਗੜ ਤੈਨੂੰ ਐ ਲੱਗੂ ਸੁਣਿਆ ਵੀਰਾ ਜਿਵੇਂ ਇੱਥੋਂ ਚਿੰਤਪੁਰ ਦੀ ਜਾਣਾ ਹੋਵੇ ਹੁਣ ਧਿਆਨ ਕਰ ਲਾ ਨਿੱਕੀਆਂ ਨਿੱਕੀਆਂ ਗਲਤੀਆਂ ਨੇ ਆ ਟੂਰਨਾਮੈਂਟ ਤੋਂ ਬਹੁਤ ਦੂਰ ਕਰ ਦੇਣਾ ਤੈਨੂੰ ਬਾਬਾ ਅਗਲੀ ਸਰਵਿਸ ਕਰਨ ਲਈ ਤਿਆਰ ਬਰ ਤਿਆਰ ਹੈ ਮਨਪ੍ਰੀਤ ਦੇ 15 ਹੋ ਗਏ ਪੁਆਇੰਟ ਕਿ 14 15 ਕਰਲੀ ਕਰਾਈ ਫਿਰਦਾ ਚੋਬਰ 15 ਤੇ 5 ਦੀ ਟੱਕਰ ਹੈ 10 ਪੁਆਇੰਟਾਂ ਦਾ ਫਰਕ ਪੈ ਚੁੱਕਿਆ ਹੈ ਔਰ ਸਾਹਮਣੇ 16ਵਾਂ ਨੰਬਰ ਜੋੜਨ ਦੇ ਲਈ ਤਿਆਰ ਪਰ ਤਿਆਰ ਹਰਮਨ ਥੋੜਾ ਫਿੱਟ ਹੋ ਕੇ ਖੇਡਣਾ ਪੈਣਾ ਹੈ ਆਹ ਮੈਚ ਜੇ ਜਿੱਤਣਾ ਤੇ ਬਾਬੇ ਦੀਆਂ ਬਾਲਾਂ ਮੋੜਦੀਆਂ ਪੈਣਗੀਆਂ ਪੁਆਇੰਟ ਜੋੜਨੇ ਪੈਣਗੇ ਫਿਰ ਕਿਤੇ ਜਾ ਕੇ ਗੱਲਬਾਤ ਕੋਈ ਟਿਕਾਣੇ ਲੱਗੂ ਬਾਬਾ ਇਹ ਤੋਂ ਵੱਧਦਾ ਅੱਜ ਤੇ ਬਾਲਾ ਹਰਛਾ ਫਿਰਦਾ ਸੋਹਣਾ ਵੀਰਾ ਜੇ ਇਹ ਤੋਂ ਵੱਧ ਗਿਆ ਤੇ ਬਾਕੀ ਦੇ ਉੱਕੇ ਜਿਹੜਾ ਬਾਬੇ ਦੇ ਝਾਫੇ ਖਾ ਗਿਆ ਤੇ ਸਮਝ ਲਓ ਮਾਝਾ ਗਿਆ ਸ਼ਹਿਬਾਜਪੁਰੀਆ ਤੂਫਾਨ ਵਾਲੀਬਾਲ ਦਾ ਉਹ ਖੇਡ ਦੇ ਮੈਦਾਨ 'ਚ ਟਰਾਈ ਤੇ ਕਰਦਾ ਪਰ ਨੰਬਰ ਜੁੜਦਾ ਕਿਸੇ ਗੱਲ ਦੇ ਦੂਜੇ ਪਾਸੇ ਬਾਬਾ ਲਗਾਣੇ ਦੀ ਟੀਮ ਹੈ ਵੀਰੇ ਬਾਬਾ ਕੌੜਾ ਖੇਡਦਾ ਕੌਣ ਕਰਵਾਉਂਦਾ ਬੱਲੇ ਬੱਲੇ ਧੰਨ ਧੰਨ ਜਿਹੜੇ ਵੱਡੇ ਕੱਪ ਦੇ ਵਿੱਚ ਗੱਲ ਮੇਰੇ ਮਿੱਤਰੋਂ ਲਾਉਂਦਾ ਟਿਕਾਣੇ ਇਹ ਤੇ ਸਮੇਂ ਦੀਆਂ ਬਾਤਾਂ ਜਿਹੜੀਆਂ ਹੋਰ ਗਈਆਂ ਟਿਕਾਣੇ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਵੀ ਬੰਦਾ ਬੇਮਾਨਾ ਦੇ ਦੀਨਾ ਕੀ ਹੁੰਦਾ ਧੜਕਣ ਪੁੱਛੇ ਦਿਲ ਤੋਂ ਸੀਨਾ ਕੀ ਹੁੰਦਾ ਅੱਗੇ ਕਿਸੇ ਤੋਂ ਲੱਗ ਕੇ ਪੁੱਛਣਾ ਐਦਾਂ ਜੋ ਵਰਾ ਕਿਸੇ ਤੋਂ ਪੁੱਛੇ ਮਹੀਨਾ ਕੀ ਹੁੰਦਾ ਤੇ ਮੈਨੂੰ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਹੈ ਨਹੀਂ ਦੱਸਦੇ ਤੈਨੂੰ ਵਿਆਹ ਕਮੀਨਾ ਕੀ ਹੁੰਦਾ ਨਹੀਂ ਦੱਸਦੇ ਤੈਨੂੰ ਵਿਆਹ ਉਹ ਕਮੀਨਾ ਕੀ ਹੁੰਦਾ ਵਿੱਕੀ ਨੇ ਟਰਾਈ ਕੀਤੀ ਹੈ ਪਰ ਨੰਬਰ ਬਾਬਾ ਲਦਾਣਾ ਦੀ ਟੀਮ ਦੇ ਖਾਤੇ ਵਿੱਚ ਉਹ ਆ ਗਿਆ ਜਿਹਨੂੰ ਦੁਨੀਆ ਮੇਰੇ ਖਿਆਲ ਲਾਸਟ ਕਹਿੰਦੀ ਹੈ ਮਨਪ੍ਰੀਤ ਉਹੀ ਹੈ ਇੱਕ ਪੁਆਇੰਟ ਦੀ ਖੇਡ ਜਿਹੜੀ ਬਾਕੀ ਰਹਿ ਗਈ ਹੈ ਹਾਲੇ ਵੀ ਦੁੱਲੇ ਫੇਰਾਂ ਦਾ ਕੁਝ ਨਹੀਂ ਦਿਖ ਰਿਹਾ ਸ਼ਹਿਬਾਜਪੁਰੀਆ ਕਰਨਾ ਧਿਆਨ ਹੋਣ ਨੂੰ ਕੀ ਨਹੀਂ ਹੋ ਸਕਦਾ ਉਹ ਵੀ ਬੰਦੇ ਹੀ ਨੇ ਉਹ ਵੀ ਇਸੇ ਬਾਲ ਨਾਲ ਖੇਡੀ ਆਉਂਦੇ ਖੁੱਲੀ ਵਾਲੀ ਆ ਤੋੜ ਦੇ ਕੋਈ ਪੱਟੀ ਆ ਉਹ ਲੋਕੀ ਦੇਖਦੇ ਆ ਤੇਰੀ ਖੇਡ ਪਰ ਸੁਣਿਆ ਵੀਰਾ ਗਲਤੀ ਹੋ ਗਈ ਤਾਰੀ ਮੇਰੇ ਜਿੱਤ ਚੁੱਕੀ ਆ ਬਾਬੇ ਲਦਾਣੇ ਦੀ ਟੀਮ ਜੀ ਬਾਬਾ ਲਦਾਣਾ ਦੀ ਟੀਮ